ਪਿੰਡੀ ਸੰਘਰਸ਼ ਕਮੇਟੀ ਵੱਲੋਂ ਕਾਮਰੇਡ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਵਿੱਚ ਗੜ੍ਹਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਮੁੱਖ ਸੜਕ ਦੀ ਖਸਤਾ ਹਾਲਤ ਕਰਕੇ ਸੜਕ ਦੇ ਟ੍ਰੈਫਿਕ ਜਾਮ ਕਰਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ, ਰਘੁਨਾਥ ਸਿੰਘ, ਸੁਭਾਸ਼ ਮੱਟੂ ਅਤੇ ਮਹਾਂ ਸਿੰਘ ਰੋੜੀ ਆਦਿ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ 1 ਅਪ੍ਰੈਲ ਤੱਕ ਸੜਕ ਦੀ ਮੁਰੰਮਤ ਨਾ ਕੀਤੀ ਤਾਂ ਵੱਡੇ ਪੱਧਰ 'ਤੇ ਸੜਕ ਜਾਮ ਕਰਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਦੇ ਮੌਕੇ ਤੇ ਇਸ ਜਗ੍ਹਾ ਤੇ ਸੜਕ ਤੇ ਬੈਠੇ ਆ। ਸੜਕ ਤੇ ਬੈਠਣਾ ਸਾਡਾ ਕੋਈ ਸ਼ੁਗਲ ਨਹੀਂ, ਇਹ ਸਾਡੀ ਮਜਬੂਰੀ ਆ। ਖੂਹ ਜਿੰਨੇ ਟੋਏ ਆ, ਰੋਜ਼ਾਨਾ ਦਰਦਨਾਕ ਹਾਦਸੇ ਹੁੰਦੇ ਆ ਗੜ੍ਹਸ਼ੰਕਰ ਤੋਂ ਨੰਗਾ ਰੋਡ ਤੇ। ਸਾਡੀ ਇੱਕੋ ਇੱਕ ਮੰਗ ਆ, ਇਹ ਰੋਡ ਦੀ ਰਿਪੇਅਰ ਤੁਰੰਤ ਕੀਤੀ ਜਾਵੇ। ਜਿਹੜੀ ਪਹਿਲਾਂ ਪੋਸਟ ਪਾਈ ਹੋਈ ਆ ਉਹ 'ਚ ਇੱਕ ਸੱਜਣ ਹੈ, ਇਹ ਦੱਸਿਆ ਵੀ 18 ਲੱਖ ਠੇਕੇਦਾਰ ਲੈ ਗਿਆ, ਇੱਕ ਰੋੜੀ ਨਹੀਂ ਪਾਈ, ਇੱਕ ਬੂੰਦ ਇੱਕ ਗ੍ਰਾਮ ਜਿਹੜਾ ਲੁੱਕ ਨਹੀਂ ਪਾਈ। ਅਸੀਂ ਉਹਦੀ ਇਨਕੁਆਇਰੀ ਚਾਹੁੰਦੇ ਹਾਂ, ਅਸੀਂ ਇਹ ਚਾਹੁੰਦੇ ਹਾਂ ਵੀ ਤੁਰੰਤ ਅਸੀਂ ਦੀ ਰਿਪੇਅਰ ਕਰੋ ਸੜਕ ਦੀ, ਤਾਂ ਕਿ ਲੋਕ ਆ ਜਾ ਸਕਣ। ਟਿੱਪਰ ਜਿਹੜੇ ਆ ਉਹ ਸ਼ਾਮੀ 8 ਵਜੇ ਚੱਲਣ, ਸਵੇਰੇ 8 ਵਜੇ ਬੰਦ ਹੋ ਜਾਣ। ਇਹ ਸੜਕ ਭਾਰ ਚੱਕਣ ਯੋਗ ਨਹੀਂ, 80 ਟਨ ਤੋਂ ਬਾਅਦ ਇਹ ਭਾਰਾ ਬਣ ਜਾਂਦਾ ਜਿਹੜਾ ਟਿੱਪਰ ਆ। ਇਹਨੇ ਸਾਡੀਆਂ ਸੜਕਾਂ ਤੋੜੀਆਂ, ਸਾਰੇ ਟਿੱਪਰ ਇਸੇ ਰੋਡ ਤੇ ਜਾਂਦੇ ਆ। ਇਸ ਰੋਡ ਤੇ ਦੇਵਤੇ ਪੀਰ ਪੈਗੰਬਰ ਲੋਕ ਮੱਥਾ ਟੇਕਣ ਵਾਲੇ ਆ, ਬਾਬੇ ਬੜਭਾਗ ਸਿੰਘ ਦੇ ਵੀ ਜਾਂਦੇ ਆ, ਨੈਣਾ ਦੇਵੀ ਦੇ ਜਾਂਦੇ ਆ, ਜਵਾਲਾ ਜੀ ਦੇ ਜਾਂਦੇ ਆ, ਚਮੰਡਾ ਦੇਵੀ ਦੇ ਜਾਂਦੇ ਆ, ਬਾਬਾ ਰੁਦਰਾਨੰਦ ਦੇ ਜਾਂਦੇ ਆ, ਪੀਰ ਨਗਾਹਾ ਜਾਂਦੇ ਆ, ਖਰਾਲਗੜ੍ਹ ਸਾਹਿਬ ਜਾਂਦੇ ਆ। ਲੋਕ ਰੋਜ਼ ਤੁਰਿਆ, ਰੋਜ਼ ਐਕਸੀਡੈਂਟ ਹੁੰਦੇ ਆ। ਇਹਦੇ ਜ਼ਿੰਮੇਵਾਰ ਸਰਕਾਰ ਆ। ਜੇ ਸਰਕਾਰ ਨੇ ਤੁਰੰਤ ਨਾ ਕੀਤਾ ਤਾਂ ਅਸੀਂ ਸੰਘਰਸ਼ 1 ਅਪ੍ਰੈਲ ਨੂੰ ਠੀਕ 10 ਵਜੇ ਐਸੇ ਸੜਕ ਤੇ ਬੈਠਣਾ, ਇੱਥੇ ਕਰਨਾ। ਕੰਡੀ ਸੰਘਰਸ਼ ਕਮੇਟੀ ਵੱਲੋਂ ਅਸੀਂ ਸਮੂਹ ਇਨਸਾਫ ਸੰਗ ਲੋਕਾਂ ਨੂੰ ਬੇਨਤੀ ਕਰਦੇ ਹਾਂ, ਹੁਮ ਮਾ ਕੇ 1 ਅਪ੍ਰੈਲ ਜਿਹੜੀ ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੀ ਆ, ਅਸੀਂ ਸਰਕਾਰ ਨੂੰ ਮੂਰਖ ਕਹਿ ਸਕੀਏ, ਮੁਹੰਮਦ ਤੁਗਲਕ ਕਹਿ ਸਕੀਏ, ਜੇ ਉਦਣ ਤੱਕ ਨਾ ਬਣਾਇਆ।